ਪਰਸ਼ੂਰਾਮ ਭਗਵਾਨ ਕੀ ਜੈ। ਪਰਸ਼ੂਰਾਮ ਜਯੰਤੀ ਬੜੀ ਧੂਮਧਾਮ ਨਾਲ ਲਹਿਰੇ ਗਾਗੇ ਦੇ ਵਿੱਚ ਸਾਰੀ ਟੀਮ ਨੇ ਰਲ ਮਿਲ ਕੇ ਸਾਰੇ ਹੀ ਸ਼ਹਿਰ ਨਗਰ ਨਿਵਾਸੀਆਂ ਨੇ ਦੂਰੋਂ ਦੂਰੋਂ ਆਏ ਪਤਵੰਤੇ ਸੱਜਣਾਂ ਨੂੰ ਬਹੁਤ ਧੂਮਧਾਮ ਨਾਲ ਮਨਾਈ ਗਈ। ਪਰਸ਼ੂਰਾਮ ਜਯੰਤੀ 'ਤੇ ਸਾਡੀ ਬੜੀ ਲੰਬੇ ਸਮੇਂ ਤੋਂ ਇੱਕ ਮੰਗ ਆ ਰਹੀ ਸੀ, ਜੋ ਕਿ ਬ੍ਰਾਹਮਣ ਸਭਾ ਜਦੋਂ ਦੀ ਬਣੀ ਹੈ ਜਗ੍ਹਾ ਦੀ ਘਾਟ ਹੋਣ ਕਰਕੇ ਸਾਡਾ ਇੱਕ ਭਵਨ ਬਣਾਉਣ ਦੀ ਬੜੀ ਤਮੰਨਾ ਸੀ, ਪਰ ਜਗ੍ਹਾ ਦੀ ਘਾਟ ਹੋਣ ਕਰਕੇ ਸਾਡਾ ਭਵਨ ਬਣਾਉਣ ਵਿੱਚ ਬੜੀਆਂ ਦਿੱਕਤਾਂ ਆ ਰਹੀਆਂ ਸੀ ਜੀ। ਪਿਛਲੀ ਵਾਰੀ ਸਾਰੇ ਨਗਰ ਨਿਵਾਸੀਆਂ ਨੇ ਪ੍ਰਧਾਨ ਦਾ ਮੈਨੂੰ ਮੌਕਾ ਦਿੱਤਾ, ਪ੍ਰਧਾਨ ਬਣਾਉਣ ਦਾ ਮੌਕਾ ਦਿੱਤਾ ਗਿਆ, ਜਿਹਦੇ ਵਿੱਚ ਪਰਸ਼ੂਰਾਮ ਭਵਨ ਵਾਸਤੇ ਜਗ੍ਹਾ ਮੇਰੀ ਮਾਤਾ ਜਲ ਕੌਰ ਜਲ ਦੇਵੀ ਦੀ ਯਾਦ ਵਿੱਚ ਭਗਵਾਨ ਪਰਸ਼ੂਰਾਮ ਜੀਆਂ ਦੀ ਉਸਾਰੀ ਦਾ ਨਿਰਮਾਣ ਕੀਤਾ ਗਿਆ। ਅਤੇ ਹੁਣ ਸਾਰੇ ਹੀ ਸੱਜਣਾ ਮਿੱਤਰਾਂ ਨੇ ਰਲ ਮਿਲ ਕੇ ਜੋ ਦਾਨ ਦਿੱਤਾ, ਦਾਨ ਦੇ ਨਾਲ ਪਰਸ਼ੂਰਾਮ ਧਰਮਸ਼ਾਲਾ ਦਾ ਨਿਰਮਾਣ ਕੀਤਾ ਗਿਆ। ਮੈਡਮ ਢੀਂਡਸਾ ਜੀ, ਗਗਨਦੀਪ ਢੀਂਡਸਾ ਜੀ ਸਾਨੂੰ 5 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਨੇ, ਅਤੇ ਸਮੇਂ ਸਮੇਂ ਸਿਰ ਆਉਣ ਵਾਲੀਆਂ ਦਿੱਕਤਾਂ ਵੀ ਸਾਡੇ ਨਾਲ ਵਾਅਦਾ ਕਰਕੇ ਗਏ ਨੇ ਵੀ ਜੋ ਵੀ ਇੱਥੇ ਪੈਸਾ ਲੱਗੇਗਾ, ਜਿੰਨਾ ਵੀ ਵੱਧ ਤੋਂ ਵੱਧ ਅਸੀਂ ਪੈਸਾ ਦੇ ਸਕਦੇ ਹਾਂ ਤਾਂ ਦੇਵਾਂਗੇ। ਤੁਸੀਂ ਜੋ ਪਲਸਤਰ ਜੋ ਵੀ ਕੰਮ ਰਹਿੰਦਾ ਉਹਨੂੰ ਸ਼ੁਰੂ ਕਰਵਾਇਆ ਜਾਵੇ, ਅਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਾਕੀ ਸਾਰੀ ਸਮੂਹ ਸੰਗਤ ਦਾ, ਜਿੰਨੇ ਵੀ ਇੱਥੇ ਆਏ ਸੀ ਬ੍ਰਾਹਮਣ ਸਮਾਜ ਦੇ ਬ੍ਰਾਹਮਣ, ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਚੈਨਲ ਨਿਊਜ਼ ਦਾ ਵੀ ਉਸ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ। ਅਸੀਂ ਛੁੱਟੀ ਦੀ ਮੰਗ ਕੀਤੀ ਸੀ ਪੰਜਾਬ ਸਰਕਾਰ ਨੂੰ, ਪਰ ਪਿਛਲੇ ਸਮੇਂ ਤੋਂ ਹਰੇਕ ਪਰਸ਼ੁਰਾਮ ਜਯੰਤੀ 'ਤੇ ਛੁੱਟੀ ਹੁੰਦੀ ਸੀ, ਹੁਣ ਜਦੋਂ ਦੀ ਸਰਕਾਰ ਬਣੀ ਹੈ ਇਸ ਵਾਰੀ ਪਤਾ ਨਹੀਂ ਕੀ ਕਾਰਨਾਂ ਕਰਕੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ। ਇਹ ਸਾਡੇ ਸਾਰੇ ਬ੍ਰਾਹਮਣ ਸਭਾ ਦੇ ਵਿੱਚ ਰੋਸ ਹੈ ਇਸ ਕਰਕੇ ਵੀ ਕਿਉਂ ਸਾਡੇ ਭਗਵਾਨ ਪਰਸ਼ੁਰਾਮ ਜੀਆਂ ਦੀ ਜਯੰਤੀ 'ਤੇ ਹਰ ਸਾਲ ਛੁੱਟੀ ਹੁੰਦੀ ਸੀ, ਕਿਉਂ ਨਹੀਂ ਕੀਤੀ ਗਈ ਛੁੱਟੀ? ਇਹ ਸਾਰੇ ਹੀ ਪੂਰੇ ਪੰਜਾਬ 'ਚ ਪੂਰੇ ਵਰਲਡ ਦੇ ਵਿੱਚ ਪੂਰਾ ਰੋਸ ਪਾਇਆ ਗਿਆ। ਇਹ ਸਾਨੂੰ ਛੁੱਟੀ ਦੀ ਬਹਾਲ ਕਰਨ ਦੀ ਪੂਰੀ ਜ਼ੋਰ ਮੰਗ ਕੀਤੀ ਜਾਂਦੀ ਹੈ।